ਬਾਸਕਟ ਸਪੈਸ਼ਲ ਮੱਕੀ ਵਾਸਤੇ ਜਿਹੜੀ ਕਟਰ ਦੇ ਨਾਲ ਆਪਾਂ ਨੂੰ ਮਿਲੂਗੀ। ਇਹਦੇ ਵਿੱਚ ਜਿਹੜੀ ਤਾਰ ਥੋੜੀ ਜਿਹੀ ਮੋਟੀ ਆ, ਜਿਵੇਂ ਤੁਸੀਂ ਆਮ ਦੇਖਦੇ ਸੀਜ਼ਨ ਦੇ ਵਿੱਚ ਕਣਕ ਵਾਲੀ ਤਾਰ ਹੁੰਦੀ ਹੈ ਜਿਹੜੀ ਥੋੜੀ ਜਿਹੀ ਬਰੀਕ ਹੁੰਦੀ ਆ, ਇਹ ਥੋੜੀ ਜਿਹੀ ਮੋਟੀ ਆ। ਇਹਦੇ ਵਿੱਚ ਪਾਈਪ ਲੱਗੀ ਹੋਈ ਆ ਬਹੁਤ। ਹੁਣ ਮੈਂ ਸੁਣਿਆ ਬਹੁਤ ਕਮੈਨਾਂ ਤੇ ਕਟਰਾਂ ਦੇ ਵੀ ਜਿਵੇਂ ਗੇਅਰ ਇੱਕ ਖੜ ਗਿਆ, ਆਪਾਂ ਗੇਅਰ ਇੱਧਰ ਉੱਧਰ ਚੇਂਜ ਕਰਨੇ ਦਾ ਉਹਦਾ ਕੀ ਸਿਸਟਮ ਹੈ ਇਹਦਾ? ਉਹਦਾ ਸਿਸਟਮ ਇਹ ਹੁੰਦਾ ਜੀ, ਇਹਦੇ ਤਿੰਨ ਤਿੰਨ ਪਾਸੇ ਚੱਲਦੇ, ਜਿੱਦਾਂ ਅੱਧਾ ਚੱਲਦਾ ਹੈ, ਤਿੰਨ ਇੱਧਰ ਚੱਲਦੇ, ਤਿੰਨ ਇੱਧਰ ਚੱਲਦੇ। ਅੱਛਾ ਵੀ ਤਿੰਨ, ਮਤਲਬ ਜੇ ਇਹਦੇ ਵਿੱਚ ਇਹ ਹੁੰਦਾ ਵੀ ਜੇ ਕੋਈ ਸੈਂਟਰ ਵਾਲਾ ਖੜ ਗਿਆ ਤਾਂ ਸਾਈਡ ਵਾਲਾ ਉਹਦੇ ਉੱਤੇ ਲਗਾ ਕੇ ਉਹ ਚਲਾ ਸਕਦੇ ਹਾਂ, ਵੀ ਸਾਈਡ ਤੋਂ ਇੱਕ ਸਾਈਡ ਵਾਲਾ ਖੜਾ ਸਕਦੇ ਹਾਂ, ਜੀ ਸਾਈਡ ਵਾਲਾ ਖੜਾ ਸਕਦੇ ਹਾਂ। ਕਟਰ 'ਚ ਮੈਂ ਸੁਣਿਆ ਵੀ ਬਲੇਡ ਇੱਕ ਮੇਨ ਬਲੇਡ ਆ, ਬਲੇਡ ਹੈ ਨਾ, ਬਲੇਡ ਆਪਣੇ ਸਪੈਸ਼ਲ ਬਲੇਡ ਆਉਂਦੇ ਆ ਜੀ, ਬਾਹਰਲੇ ਬਲੇਡ ਨੇ। ਅੱਛਾ, ਇਟਲੀ ਦੇ ਬਲੇਡ ਬਣੇ ਹੋਏ ਆ ਜੀ, ਬੇਟ ਵਾਲੇ ਬਲੇਡ ਨੇ। ਮਤਲਬ ਇਹ 5-6 ਸੀਜ਼ਨ ਜਾਂਦੇ ਨਹੀਂ ਹੈਗੇ ਮੱਕੀ ਦੇ ਸੀਜ਼ਨ, 5-6 ਸੀਜ਼ਨ ਜੀ ਇੱਕ ਬਲੇਡ 5-6 ਸੀਜ਼ਨ ਲਾ ਦਿੰਦਾ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਜੀ। ਬਾਕੀ ਜਿਹੜੀ ਆਪਣੇ ਕਟਰ ਤੇ ਆ ਜੀ, ਲੋਨ ਹੋ ਜਾਂਦਾ ਜੀ, ਲੋਨ ਸੁਵਿਧਾ ਹੈਗੀ, 70% ਤੱਕ ਲੋਨ ਹੁੰਦਾ ਜੀ ਮੱਕੀ ਵਾਲੇ ਕਟਰ ਤੇ, ਮੱਕੀ ਵਾਲੇ ਕਟਰ ਤੇ। ਪਰ ਕਿਸਾਨ ਕੋਲੇ ਕੰਬਾਈਨ ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਲਓ ਜੀ ਬਾਈ, ਅੱਜ ਆਪਾਂ ਕਰਤਾਰ ਇੰਡਸਟਰੀ ਦੇ ਵਿੱਚ ਪਹੁੰਚੇ ਹੋਏ ਹਾਂ। ਤੁਸੀਂ ਦੇਖਦੇ ਜਿਵੇਂ ਅੱਗੇ ਕਰਤਾਰ ਦੀਆਂ ਕੰਬਾਈਨਾਂ ਜਾਂ ਵੀ ਕੋਈ ਨਵੀਂ ਟੈਕਨੋਲੋਜੀ ਦੇ ਵਿੱਚ ਕੋਈ ਵੀ ਕੰਬਾਈਨ ਦੇ ਵਿੱਚ ਫਿਊਚਰ ਆਉਂਦਾ ਤਾਂ ਆਪਾਂ ਤੁਹਾਨੂੰ ਨਿਊ ਵੀਡੀਓ ਦੇ ਨਾਲ ਅਪਡੇਟ ਕਰਦੇ ਰਹਿੰਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਮੱਕੀ ਵਾਲੇ ਕਟਰ ਵਾਸਤੇ। ਇਹ ਕਟਰ ਤੁਸੀਂ ਦੇਖੇ ਆ, ਬਹੁਤ ਸਾਰੇ ਕਟਰ ਬਣਦੇ ਆ, ਪਰ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਕਰਤਾਰ ਕਟਰ ਦੀ, ਮੱਕੀ ਵਾਲਾ ਕਟਰ। ਜਿਵੇਂ ਮੱਕੀ ਦਾ ਸੀਜ਼ਨ ਆਉਂਦਾ, ਹੁਣ ਜਲੰਧਰ ਸ਼ਾਹਕੋਟ ਏਰੀਆ ਮੱਕੀ ਦਾ ਗੜ ਹੁੰਦਾ, ਉੱਥੇ ਵਾਸਤੇ ਕਟਰ ਬੈਸਟ ਕਟਰ ਆ। ਬਾਕੀ ਤੁਸੀਂ ਸਾਡੀ ਵੀਡੀਓ ਦੇਖਦੇ ਰਹਿੰਦੇ ਆ, ਆਪਾਂ ਪਿਛਲੇ ਸਾਲ ਚਲਾਇਆ ਕਟਰ, ਬਹੁਤ ਵਧੀਆ ਕਟਰ ਦਾ ਰਿਜ਼ਲਟ ਆਇਆ ਜਿਹੜਾ। ਬਾਕੀ ਇੱਧਰ ਆਪਣੇ ਨਾਲ ਵੀਰ ਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਇਹ ਆਪਣੇ ਕਰਤਾਰ ਕਮੈਨ ਚੋਂ ਆ, ਇਹਨੇ ਬਾਈ ਆਪਾਂ ਨੂੰ ਵੀ ਸਾਰੀ ਜਾਣਕਾਰੀ ਕਟਰ ਬਾਰੇ, ਜੋ ਵੀ ਇਹਨਾਂ ਨਾਲ ਬਦਲਾਓ ਆ, ਪਿਛਲੇ ਸਾਲ ਕੀ ਤਾਂ ਐਤਕੀ ਕੀ ਆ, ਸਾਰੀ ਜਾਣਕਾਰੀ ਦੇਣਗੇ ਆਪਾਂ ਨੂੰ। ਹਾਂਜੀ ਬਾਈ ਜੀ, ਆਪਾਂ ਨੇ ਮੱਕੀ ਵਾਲਾ ਕਟਰ ਜਿਹੜਾ ਤਿਆਰ ਕਰਿਆ, ਇਹ ਕਿੰਨੇ ਸਿਆੜ ਲੈ ਜਾਂਦਾ ਜੀ? ਇਹ 6 ਲੈ ਕੇ ਜਾਂਦਾ ਜੀ ਸਰ। 6 ਸਿਆੜ ਲੈ ਕੇ ਜਾਂਦਾ? 6 ਲੈ ਕੇ ਜਾਂਦਾ ਇਹ। ਠੀਕ ਹੈ ਜੀ। ਇਹ 24 ਇੰਚ ਹੈ? ਠੀਕ ਹੈ ਜੀ। 24 ਇੰਚ ਇੰਚ ਬਜਾਈ ਵਾਲੇ ਨੇ ਜਿਹੜੇ, ਉਹ ਲੈ ਕੇ ਜਾਂਦੇ। ਅੱਛਾ, ਮੰਨ ਲਓ ਜੇ 24 ਦੇ ਆਪਾਂ ਹੁਣ ਜਿਹੜਾ ਮੱਕੀ ਦੀ ਬਜਾਈ ਕਰੀ ਹੋਈ ਹੈ ਮਸ਼ੀਨ ਨੇ, ਉਹ 24 ਇੰਚ ਜਿਹੜਾ ਦਾਣਾ ਪਾਇਆ ਉਹਦੇ ਵਾਸਤੇ ਸਪੈਸ਼ਲ? ਹਾਂਜੀ, ਜੇ ਬਾਈ ਵਾਲਾ ਵੀ ਲੈ ਜਾਂਦਾ। ਅੱਛਾ ਜੀ, 40 ਵੀ ਲੈ ਜਾਂਦਾ, ਯਾਨੀ ਸਪੈਸ਼ਲ ਆਪਣੇ ਪੰਜਾਬ ਦੇ ਵਿੱਚ ਇਹੀ ਚੱਲਦਾ, ਇਹਨੂੰ ਆਪਾਂ 24 ਇੰਚ ਤੇ ਕਹਿ ਦਿੰਦੇ ਹਾਂ। ਠੀਕ ਹੈ ਜੀ। 24 ਇੰਚ ਦੇ ਮੰਨ ਲਓ ਜਿਹੜਾ ਬੀਜ ਬੈੱਡ ਤੇ ਪਿਆ, 24 ਇੰਚ ਦਾ ਫਰਕ ਕਦਾਣਾ ਪਿਆ, ਉਹਦੇ ਵਾਸਤੇ ਸਪੈਸ਼ਲ ਬਣਦਾ। ਹਾਂਜੀ ਠੀਕ ਹੈ ਜੀ। ਬਾਕੀ ਇਹਦੇ ਵਿੱਚ ਭਾਅ ਜੀ ਹੁਣ ਆਪਾਂ 24 ਦੇ ਬਾਅਦ 22 ਵਾਲਾ, 20 ਵਾਲਾ, 18 ਵਾਲਾ, ਜਿਵੇਂ ਹੁਣ MP UP ਦੇ ਵਿੱਚ ਸੁਣੀਦਾ ਵੀ 18 ਇੰਚ ਪਰ ਬੈੱਡ ਪਰ ਸਾਡਾ ਟਾਂਡਾ ਜਿਹੜਾ ਖੜਾ ਮੱਕੀ ਦਾ, ਉਹਦਾ ਫਿਰ ਉਹਦੇ ਵਾਸਤੇ ਇਹਨੂੰ ਕੀ ਕਰਨਾ ਪੈਂਦਾ ਜੀ? ਉਹਦੇ ਵਾਸਤੇ ਜਿਹੜੀ ਤੇ ਰੋਲਾਂ ਦੀਆਂ ਘਟਾਈਆਂ ਜਾਂਦੀਆਂ ਨੇ ਜੀ। ਅੱਛਾ, ਘਟ ਜਾਂਦੀ ਇਹ? ਹਾਂਜੀ, ਘਟ ਜਾਂਦੀ ਹੈ ਇਹਦੀ। ਠੀਕ ਹੈ ਜੀ। ਇਹ 18 ਹੋ ਜਾਂਦੀ ਹੈ ਜੀ, 18 ਵੀ ਹੋ ਜਾਂਦੀ ਹੈ, 22 ਵੀ ਹੋ ਜਾਂਦੀ ਹੈ। ਅੱਛਾ ਜੀ, ਇਹਦੇ ਵਿੱਚ ਆਪਾਂ ਜਿਹੜਾ ਫਿਊਚਰ ਹੈਗਾ ਵੀ ਇਹ ਘਟਾ ਸਕਦੇ ਹਾਂ? ਇਹਦੇ ਵਿੱਚ ਨਹੀਂ ਹੈਗਾ, ਉਹ ਸਪੈਸ਼ਲ ਤਿਆਰ ਹੁੰਦਾ ਅਲੱਗ ਅਲੱਗ। ਸਪੈਸ਼ਲ ਤਿਆਰ ਹੁੰਦਾ ਜੀ, ਉਹ ਅਲੱਗ ਅਲੱਗ ਸਾਈਜ਼ ਦੇ ਸਪੈਸ਼ਲ। ਇਹ ਮਤਲਬ 24 ਇੰਚ ਵਾਲਾ ਇਹਨੂੰ ਕਹਿ ਦਿੰਦੇ ਆਪਾਂ, ਇਹ ਪੰਜਾਬ ਲਈ ਤਿਆਰ ਹੋਇਆ ਸਪੈਸ਼ਲ। ਠੀਕ ਹੈ ਜੀ। ਇਹ ਬਾਈ ਜੀ ਕਟਰ ਨਾ ਆਪਣੇ MP ਦੇ ਵਿੱਚ ਜਾਂ UP ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਖਾਸ ਕਰਕੇ ਮੱਕੀ ਦਾ ਸੀਜ਼ਨ ਜ਼ਿਆਦਾ ਲੱਗਦਾ। ਉੱਥੇ ਤਾਂ ਮੈਨੂੰ ਬਹੁਤ ਕਾਲਾਂ ਵੀ ਆਉਂਦੀਆਂ ਬਾਈ ਜੀ, ਅਸੀਂ 18 ਇੰਚ ਪਰ ਮੱਕੀ ਦਾ ਟਾਂਡਾ ਜਿਹੜਾ ਉਹਦੇ ਵਾਸਤੇ ਕਟਰ ਲੈਣਾ, ਵੀ ਸਾਨੂੰ ਮਿਲ ਜੂਗਾ ਸਪੈਸ਼ਲ? ਜੇ ਮੰਨ ਲਓ ਜੇ ਕੋਈ 24 ਤੇ 18 ਵਾਲਾ, ਜਿਵੇਂ 16 ਵਾਲਾ, ਉਹ ਸਪੈਸ਼ਲ ਤਿਆਰ ਕਰਦੇ? ਉਹ ਸਾਰੇ ਸਾਈਜ਼ ਆਪਣੇ ਕੋਲ ਤਿਆਰ ਹੁੰਦੇ ਨੇ ਜੀ। ਠੀਕ ਹੈ, ਸਪੈਸ਼ਲ ਮਤਲਬ ਤਿਆਰ ਕਰਕੇ ਦੇ ਦਿੰਦਾ ਸਾਈਜ਼ ਦਾ ਬੰਦੇ ਨੂੰ ਚਾਹੀਦਾ ਵੀ ਕਸਟਮਰ ਆ ਕੇ ਦੱਸਦਾ ਵੀ 18 ਵਾਲਾ ਜਾਂ 16 ਵਾਲਾ ਕੋਲ ਤਿਆਰ ਹੁੰਦੇ ਨੇ। ਠੀਕ ਹੈ ਜੀ, ਤਿਆਰ ਹੁੰਦੇ ਆ। ਬਾਕੀ ਇਹਦੇ ਚੈਨਾ ਕਿਹੜੀ ਕੰਪਨੀ ਦੇ ਬੋਲੇ? ਇਹ ਚੈਨਾ ਨੇ ਜੀ ਜਿਹੜੀਆਂ, ਇਹ ਹੈਗੀਆਂ ਡਾਇਮੰਡ ਦੀਆਂ ਜੀ, ਡਾਇਮੰਡ ਕੰਪਨੀ ਦੀਆਂ ਚੈਨਾ। ਹਾਂਜੀ, ਇਹ ਚੈਨਾ ਜੀ ਇਹ 12। ਹਾਂਜੀ, 12 ਚੈਨਾ ਇਹਦੇ ਵਿੱਚ ਕਟਰ ਦੇ। ਬਾਕੀ ਭਾਅ ਜੀ ਇਹਦੇ ਜਿਵੇਂ ਹੁਣ ਮੈਂ ਸੁਣਿਆ ਬਹੁਤ ਕਮੈਨਾਂ ਤੇ ਕਟਰਾਂ ਦੇ ਵੀ ਜਿਵੇਂ ਗੇਅਰ ਇੱਕ ਖੜ ਗਿਆ, ਆਪਾਂ ਗੇਅਰ ਇੱਧਰ ਉੱਧਰ ਚੇਂਜ ਕਰਨੇ ਦਾ ਉਹਦਾ ਕੀ ਸਿਸਟਮ ਹੈ ਇਹਦਾ? ਉਹਦਾ ਸਿਸਟਮ ਇਹ ਹੁੰਦਾ ਜੀ, ਇਹਦੇ ਤਿੰਨ ਤਿੰਨ ਪਾਸੇ ਚੱਲਦੇ, ਜਿੱਦਾਂ ਅੱਧਾ ਚੱਲਦਾ ਹੈ, ਤਿੰਨ ਇੱਧਰ ਚੱਲਦੇ, ਤਿੰਨ ਇੱਧਰ ਚੱਲਦੇ। ਅੱਛਾ ਵੀ ਤਿੰਨ, ਮਤਲਬ ਜੇ ਇਹਦੇ ਵਿੱਚ ਇਹ ਹੁੰਦਾ ਵੀ ਜੇ ਕੋਈ ਸੈਂਟਰ ਵਾਲਾ ਖੜ ਗਿਆ ਤਾਂ ਸਾਈਡ ਵਾਲਾ ਉਹਦੇ ਉੱਤੇ ਲਗਾ ਕੇ ਉਹ ਚਲਾ ਸਕਦੇ ਹਾਂ, ਵੀ ਸਾਈਡ ਤੋਂ ਇੱਕ ਸਾਈਡ ਵਾਲਾ ਖੜਾ ਸਕਦੇ ਹਾਂ, ਸਾਈਡ ਵਾਲਾ ਖੜਾ ਸਕਦੇ ਹਾਂ। ਮੈਨੂੰ ਵੀ ਬਾਈ ਬਹੁਤ ਇਹ ਚੀਜ਼ ਦਾ ਡਾਊਟ ਤਾ, ਮੈਂ ਸੁਣਿਆ ਕਈ ਬੰਦਿਆਂ ਦੇ ਜਿਹੜੇ ਮੱਕੀ ਦਾ ਪੁਰਾਣਾ ਕੰਮ ਕਰਦੇ ਆ ਵੀ ਜੇ ਇੱਕ ਸਾਈਡ ਖੜ ਜਵੇ ਤਾਂ ਆਪਾਂ ਚਲਾ ਸਕਦੇ ਹਾਂ? ਅੱਛਾ, ਉਹਦੇ ਵਿੱਚ ਇਹ ਹੋ ਜਾਂਦਾ ਜੇ ਆਪਾਂ ਕਹੀਏ ਵੀ ਸੈਂਟਰ ਵਾਲਾ ਹੀ ਖੜ ਜਵੇ, ਹਾਂਜੀ, ਕਿਉਂ ਜਿਹੜੇ ਸੈਂਟਰ ਦੇ ਵਿੱਚ ਇਹਦੇ ਟਾਂਡੇ ਆਉਣਗੇ, ਹਾਂਜੀ, ਉਹ ਤਾਂ ਫਿਰ ਆਉਣੀ ਆਉਣੇ ਰੁਕਣੀ ਨਹੀਂ, ਸਾਈਡ ਤੋਂ ਆਪਾਂ ਉਹਨਾਂ ਕੋ ਬਾਹਰ ਕੱਢ ਸਕਦੇ, ਬਾਹਰ ਕੱਢ ਸਕਦੇ ਉਹਨਾਂ ਬਾਹਰ ਕੱਢ ਸਕਦੇ ਹਾਂ। ਠੀਕ ਹੈ, ਠੀਕ ਹੈ ਜੀ। ਬਾਕੀ ਇਹਦੇ ਵਿੱਚ ਅੱਛਾ 3 ਇੱਧਰ ਦੇ ਚੱਲਦੇ ਆ? ਹਾਂਜੀ ਹਾਂਜੀ। ਠੀਕ ਹੈ, ਇੱਧਰ ਦੇਖ ਸਕਦੇ ਆਪਾਂ? ਹਾਂਜੀ ਹਾਂ, ਤਿੰਨ ਸਾਈਡ ਚੱਲਦੇ ਆ ਦੂਜੀ ਸਾਈਡ ਤੇ, ਮਤਲਬ 6 ਸਾਈਡਾਂ ਦੀ ਜਿਹੜੀ
ਕਰਤਾਰ ਕੰਬਾਈਨ ਕਟਰਾਂ ਜਿਹੜਾ ਟੋਟਲ ਸਾਰੇ ਕੋਈ ਚੱਲਦੇ ਹੁੰਦੇ ਸੀ ਹੁਣ ਤਿੰਨ ਤਿੰਨ ਹੋ ਗਏ ਅੱਛਾ ਪਹਿਲਾਂ ਵਾਲੋ ਸਾਰੇ ਟੋਟਲੀ ਇੱਕ ਇੱਕ ਚੈਨ ਪਰ ਚੱਲਦੇ ਸੀ ਫਿਰ ਤਾਂ ਲੋਡ ਬਹੁਤ ਜ਼ਿਆਦਾ ਹੋਣਾ ਜੀ ਹਾਂਜੀ ਪਹਿਲਾਂ ਲੋਡ ਸੀ ਹੁਣ ਲੋਡ ਘੱਟ ਗਿਆ ਕਾਫੀ ਜ਼ਿਆਦਾ ਠੀਕ ਆ ਠੀਕ ਆ ਜੀ ਬਾਕੀ ਜਿਹੜੇ ਦੇ ਟਾਪੇ ਆ ਆ ਦੇਖੋ ਤੁਸੀਂ ਟਾਪੇ ਇਹਦੇ ਨੇ ਜਿਹੜੇ ਖੁੱਲਦੇ ਕਰਤੇ ਜੀ जानकारी दी जिन्नी अपने ਵੀਰ ਨੇ ਇਹਦੇ ਹੁਣ ਜਾ ਕੇ ਆਪਾਂ ਦੂਏ ਕਟਰ ਕੋ ਤੁਹਾਨੂੰ ਦਿਖਾਉਨੇ ਆ ਕਿਉਂਕਿ ਇਹਦੇ ਥੋੜਾ ਜਿਹਾ ਅਨਕੰਪਲੀਟ ਆ ਉਧਰ ਕੰਪਲੀਟ ਖੜਾ ਉਧਰ ਜਾ ਕੇ ਤੁਹਾਨੂੰ ਹੋਰ ਵੀ ਜਿਹੜੀ ਨਵੀਂ ਫੀਚਰ ਆਇਆ ਜਿਵੇਂ ਆ ਤੁਸੀਂ ਦੇਖਦੇ ਹੋ ਦੂਜੇ ਕਟਰ ਨਾਲੋਂ ਇਹ ਕਟਰ ਦੇ ਨਾ ਉੱਪਰਲੇ ਟਾਪੇ ਆ ਫੋਲਡ ਕਰੇ ਹੋਏ ਆ ਇਹਦਾ ਮਤਲਬ ਕਹਿਣਾ ਮਤਲਬ ਜਿਵੇਂ ਚੈਨ ਟਾਈਟ ਜਾਂ ਚੈਨ ਮਤਲਬ ਕੋਈ ਦਿੱਕਤ ਆਉਂਦੀ ਆ ਛੱਲੀ ਫਸ ਗਈ ਜਾਂ ਕੁਛ ਕਾਂਟਾ ਵਿੱਚ ਲਿਫਟ ਦਾ ਜਾਂ ਕਿਤੇ ਵੀ ਕੁਛ ਵੀ ਆ ਤਾਂ ਆਪਾਂ ਇਹਨੂੰ ਆਸਾਨ ਇੱਕ ਨਟ ਖੋਲ ਕੇ ਇਹਦਾ ਟਾਪਾ ਉੱਪਰ ਚੱਕ ਕੇ ਲਾ ਕੇ ਇਹਦਾ ਸਟੈਂਡ ਆਪਾਂ ਕੰਮ ਕਰ ਸਕਦੇ ਹਾਂ ਬਾਕੀ ਬਾਈ ਜੀ ਜਿਹੜੇ ਦੇ ਬਲੇਡ ਆ ਆਪਾਂ ਬਲੇਡ ਮੱਕੀ ਦੇ ਕਟਰ 'ਚ ਮੈਂ ਸੁਣਿਆ ਵੀ ਬਲੇਡ ਇੱਕ ਮੇਨ ਬਲੇਡ ਆ ਬਲੇਡ ਹੈ ਨਾ ਬਲੇਡ ਆਪਣੇ ਸਪੈਸ਼ਲ ਬਲੇਡ ਆਉਂਦੇ ਆ ਜੀ ਬਾਹਰਲੇ ਬਲੇਡ ਨੇ ਅੱਛਾ ਇਟਲੀ ਦੇ ਬਲੇਡ ਬਣੇ ਹੋਏ ਆ ਜੀ ਬੇਟ ਵਾਲੇ ਬਲੇਡ ਨੇ ਮਤਲਬ ਇਹ 5-6 ਸੀਜ਼ਨ ਜਾਂਦੇ ਨਹੀਂ ਹੈਗੇ ਮੱਕੀ ਦੇ ਸੀਜ਼ਨ 5-6 ਸੀਜ਼ਨ ਅੱਛਾ ਇੱਕ ਬਲੇਡ 5-6 ਸੀਜ਼ਨ ਲਾ ਦਿੰਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਜਿਹੜੇ ਇਹਦੇ ਸਾਹਮਣੇ ਆ ਲੱਗੇ ਹੋਏ ਨੇ ਮੜੇ ਦਿਖਾਓ ਵੀਰੇ ਬਲੇਡ ਦਿਖਾ ਦਿਓ ਜਿਵੇਂ ਆ ਚੀਜ਼ਾਂ ਲੱਗੀਆਂ ਹੋਈਆਂ ਇਹਨਾਂ ਦੇ ਵਿੱਚ ਬੈਰਿੰਗ ਪੈਂਦੇ ਕੀਤੇ ਹੋਏ ਆ ਜੀ ਹਾਂਜੀ ਜਿਹੜੇ ਆ ਲੱਗੇ ਸਕਰਾਪਟ ਲੱਗੇ ਹੋਏ ਆ ਸਕਰਾਪਟਾਂ ਨੂੰ ਸਾਰਿਆਂ ਨੂੰ ਗਰੀਸ ਆਉਂਦਾ ਕੀਤਾ ਹੋਇਆ ਜਿਹਦੇ ਨਾਲ ਆਪਾਂ ਐਲ ਕੀ ਬੋਲਟ ਲਾਤੇ ਤੇ ਉਹ ਖੋਲ ਕੇ ਨਾਲ ਹੀ ਗਰੀਸ ਹੋ ਜਾਂਦੇ ਆ ਸਾਰੇ ਜਿਹੜੀ ਦੀ ਟ੍ਰੇ ਬਣੀ ਹੋਈ ਆ ਬਾਕੀ ਟ੍ਰੇ ਆਪਣੀ ਪੂਰੀ ਸਟੀਲੀ ਬਣੀ ਹੋਈ ਆ ਬਰਮ ਦੇ ਨੀਚੇ ਜਿਹੜੀ ਟ੍ਰੇ ਹੁੰਦੀ ਆ ਅੱਛਾ ਮਤਲਬ ਜਿੱਥੇ ਫਸ ਕੇ ਨੇ ਜਿਵੇਂ ਥੱਲੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਇਹਦੇ ਉੱਪਰ ਇੱਕ ਆਹ ਲਾਤਾ ਜਿਵੇਂ ਛੱਲੀਆਂ ਬੁੜ ਕੇ ਉੱਪਰ ਜਾਂਦੀਆਂ ਸੀ ਫਿਲਟਰ ਦੇ ਅੱਗੇ ਛੱਲੀਆਂ ਬੁੜਕਦੀਆਂ ਸੀ ਹਾਂਜੀ ਇਹਦੇ ਉੱਪਰ ਇਹ ਫਲੈਪ ਜਿਹਾ ਬਣਾ ਕੇ ਲਾਤਾ ਇੱਕ ਆਪਾਂ ਨੇ ਵੀ ਹੁਣ ਛੱਲੀਆਂ ਉੱਪਰ ਨਹੀਂ ਜਾਂਦੀਆਂ ਬੁੜ ਕੇ ਜੀ ਅੱਛਾ ਜਿਵੇਂ ਮੰਨ ਲਓ ਪਿੱਛੇ ਫੀਟਰ ਦੀ ਜਾਨ ਦੇ ਉੱਪਰ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਵਿੱਚ ਆਪਣੇ ਜਿਹੜੇ 1205 ਵਾਲੇ ਬੈਰਿੰਗ ਨੇ ਸਪੈਸ਼ਲ ਬੈਰਿੰਗ ਪਾਏ ਹੋਏ ਨੇ ਜੀ ਅੱਛਾ ਜਿਹੜੇ ਬਰਮਾ ਦੇ ਵਿੱਚ ਪੈਂਦੇ ਹੋਵੇ ਹਾਂਜੀ ਹਾਂ ਠੀਕ ਹੈ ਜੀ ਇਹਨਾਂ ਦੇ ਵਿੱਚ ਬਾਕੀ ਜਿਹੜੀਆਂ ਇਹਦੀ ਹੈਗੀ ਗਰਾਰੀਆਂ ਲੱਗੀਆਂ ਹੋਣੀਆਂ ਸਾਰੀਆਂ ਦਾ ਬੈਲੈਂਸ ਕੱਢ ਕੇ ਫੇਲ ਨਾ ਹੋ ਜਾ ਮਤਲਬ ਕੋਈ ਵਾਈਬ੍ਰੇਸ਼ਨ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਸਾਨ ਇਹਦੇ ਨਾਲ ਕੋਈ ਇਹਦੇ ਨਾਲ ਆਪਾਂ ਜਿਵੇਂ ਬਾਸਕਟ ਹੁੰਦੀ ਹੈ ਬਾਕੀ ਟੂਲ ਕਿਟ ਵਗੈਰਾ ਅੱਛਾ ਮੱਕੀ ਵਾਲੀ ਬਾਸਕਟ ਹਾਂਜੀ ਬਾਸਕਟ ਨਾਲ ਦਿੰਦੇ ਆ ਤੇ 9-10 ਆਈਟਮਾਂ ਹੋਰ ਨੇ ਇਹਦੇ ਨਾਲ ਅੱਛਾ ਸਪੇਅਰ ਨਾਲ ਦਿੰਦੇ ਆ ਹਾਂਜੀ ਬਲੇਡ ਦਿੰਦੇ ਆ ਜਿਵੇਂ ਕੋਈ ਗਰਾਰੀ ਹੈਗੀ ਆ ਜਾਂ ਹੋਰ ਬੈਰਿੰਗ ਵੋਰਿੰਗ ਹੈਗੇ ਆ ਠੀਕ ਹੈ ਤਾਂ ਉਹ ਵੀ ਆਈਟਮਾਂ ਇਹਦੇ ਨਾਲ ਦਿੱਤੀ ਜਾਂਦੀ ਹੈ ਟੂਲ ਕਿਟ ਬਾਕੀ ਹੋਰ ਇਹਦਾ ਕੋਈ ਜਿਵੇਂ ਮੰਨ ਲਓ ਤੁਸੀਂ ਨਵਾਂ ਐਟ ਕੀ 2023 ਮਾਡਲ ਦੇ ਵਿੱਚ ਫੀਚਰ ਚੇਂਜ ਕਰਿਆ ਹੋਵੇ ਪਹਿਲਾਂ ਨਾਲ ਪਹਿਲਾਂ ਨਾਲੋਂ ਤਾਂ ਇਹੀ ਚੇਂਜ ਕੀਤਾ ਜੀ ਸਭ ਤੋਂ ਜ਼ਿਆਦਾ ਵੀ ਮਤਲਬ ਇਹ ਚੀਜ਼ਾਂ ਨੂੰ ਪਹਿਲਾਂ ਗਰੀਸ ਨਹੀਂ ਆਉਂਦਾ ਸੀ ਅੱਛਾ ਆ ਮਾੜੋ ਰੇੜੂਆਂ ਨੂੰ ਮੂਰੇ ਹਾਂਜੀ ਹਾਂਜੀ ਠੀਕ ਹੈ ਰੇੜੂਆਂ ਨੂੰ ਆਰਾਮ ਹੋ ਜਾਂਦੇ ਸੀ ਅੱਛਾ ਜੀ ਤੇ ਹੁਣ ਇਹਨਾਂ ਨੂੰ ਗਰੀਸ ਆਉਂਦਾ ਕਰਤਾ ਇੱਕ ਵਾਰ ਤੁਸੀਂ ਜੇ ਖੜਾ ਵੀ ਕਰਨਾ ਅੱਛਾ ਆ ਐਲ ਕੀ ਲਾਤੀ ਵਿੱਚ ਹਾਂਜੀ ਹਾਂ ਇਹਨਾਂ ਨੂੰ ਗਰੀਸ ਦੇ ਕੇ ਆਦੇ ਮੜੇ ਵੀ ਐਲ ਕੀ ਲਾਤੀ ਇਹਨਾਂ ਵਿੱਚ ਵੀ ਕਿਸੇ ਵੀ ਚੀਜ਼ ਦੀ ਦਿੱਕਤ ਆ ਜਿਹੜੀ ਗਰੀਸ ਦੀ ਆਊਗੀ ਨਹੀਂ ਆਪਾਂ ਨੂੰ ਹੁਣ ਐਲ ਕੀ ਖੋਲੋ ਗਰੀਸ ਮਾਰੋ 5-4 ਦਿਨ ਲੋਡ ਨਹੀਂ ਪੈਂਦੀ ਉਹਦੇ ਬਾਅਦ ਡਾਇਮੰਡ ਦੀਆਂ ਚੈਨਾਂ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਵੀ ਚੈਨ ਇੰਡਸਟਰੀ ਦੇ ਵਿੱਚ ਜਿਹੜਾ ਡਾਇਮੰਡ ਦਾ ਸਭ ਤੋਂ ਉੱਤੇ ਨਾਮ ਡਾਇਮੰਡ ਦਾ ਹੀ ਆ ਬਾਕੀ ਇਹਦੇ ਆਪਣੇ ਨਾ ਤੁਸੀਂ ਸਾਡਾ ਕਟਰ ਦੇਖੇ ਹੋਣਾ ਵੀਡੀਓ ਦੇ ਵਿੱਚ ਫੁੱਕਾਂ ਨੀਤੀਆਂ ਲੱਗੀਆਂ ਉਹਦੇ ਵਿੱਚ ਸਿਰਫ ਨਟ ਕੱਸ ਕੇ ਦਿੱਤੇ ਤੇ ਆਪਾਂ ਨੇ ਕੰਪਨੀ ਅੱਗੇ ਰਿਕੁਐਸਟ ਕਰੀ ਸੀ ਵੀ ਜ਼ਰੂਰ ਇਹ ਚੀਓ ਆਏ ਆ ਵੀ ਜਦ ਕਟਰ ਲਾਉਣਾ ਪੈਂਦਾ ਤਾਂ ਨਟ ਕੱਸਣੇ ਪੈਂਦੇ ਤੇ ਖੋਲ੍ਹਣੇ ਪੈਂਦੇ ਤੇ ਬਹੁਤ ਦਿੱਕਤ ਆਉਂਦੀ ਸੀ ਉਸ ਤੋਂ ਬਾਅਦ ਹੁੱਕਾਂ ਲਾਤੀਆਂ ਇਹਨਾਂ ਨੇ ਬੜਾ ਵਧੀਆ ਕੰਮ ਕਰਤਾ ਨਟ ਵੀ ਪੈਂਦੇ ਕਰਤੇ ਡਬਲ ਸੇਫਟੀ ਜਿਵੇਂ ਰੋਡ ਤੇ ਆਪਾਂ ਜਾਣਾ ਉਹਦੇ ਵਾਸਤੇ ਸੇਫਟੀ ਲਾਤੀ ਨਟਾਂ ਦੀ ਜੇ ਆਪਾਂ ਮਤਲਬ ਲੋਕਲ ਚੱਲਣਾ ਖੇਤ 'ਚ ਮੰਨ ਲਓ ਚਲਾਉਣਾ ਸੀਜ਼ਨ ਦੇ ਵਿੱਚ ਤਾਂ ਆਪਾਂ ਨੂੰ ਹੁੱਕਾਂ ਯੂਜ਼ ਕਰਨੀਆਂ ਪੈਣਗੀਆਂ ਬਾਕੀ ਹੈੱਡਲਾਈਟਾਂ ਨੰਬਰ ਪਲੇਟਾਂ ਸਾਰਾ ਜਿਵੇਂ ਆਪਣਾ ਟਰਾਲਾ 2 ਕੰਬਾਈਨ ਦਾ ਹੁੰਦਾ ਬੜਾ ਸਟਿਪ ਰੱਖਣ ਵਾਸਤੇ ਪੂਰਾ ਟੂਲ ਵਗੈਰਾ ਸਾਰਾ ਇਹਦੇ ਨਾਲ ਮਿਲੂਗਾ फिल्टर चैन ਦੇ ਉੱਪਰ ਲਾਤਾ ਆ ਦੇਖੋ ਇਹ ਜਿਵੇਂ ਛੱਲੀ ਮਤਲਬ ਜਾਂ ਬਾਹਰ ਕਈ ਵਾਰ ਛੱਲੀ ਬਰਮ ਦੇ ਥੱਲੇ ਅੱਧੀ ਆ ਜਾਂਦੀ ਆ ਸੁੱਕੀ ਛੱਲੀ ਕਿਹੜੀ ਹੁੰਦੀ ਆ ਉਹਦੇ ਹੋਣ ਨਾਲ ਅੱਧੀ ਟੁੱਟ ਕੇ ਕਈ ਵਾਰ ਉੱਪਰ ਵੀ ਜਾ ਰਹਿੰਦੀ ਸੀ ਕੈਬਨ ਦੇ ਵਿੱਚ ਕਈ ਵਾਰ ਮੂਹਰੇ ਵੀ ਜਲ ਜਾਂਦੀ ਸੀ ਉਹਦੇ ਕਰਕੇ ਫਿਰ ਫਾਰਮਰ ਨੂੰ ਦਿੱਕਤ ਆਉਂਦੀ ਸੀ ਇਹ ਚੀਜ਼ ਕਰਤਾਰ ਕੰਪਨੀ ਹੈ ਜਿਹੜੀ ਬਹੁਤ ਬਾਕੀ ਇਹਦੇ ਵਿੱਚ ਆਪਾਂ ਆਹ ਲਾਤਾ ਜੀ ਬੀਮ ਹੈ ਬੀਮ ਬਹੁਤ ਹੈਵੀ ਡਿਊਟੀ ਬੀਮ ਲੱਗਿਆ ਹੋਇਆ ਜੀ
करतार लई नहीं हर एक कंबाइन ते अपना कटर लग जांदा जी जिवें उह दूसरा सिस्टम आ जांदा आपां पुराने कह दिंदे आ मुच्छां वाला तां उह वी सिस्टम आपां बणा के दिंदे आ प्रोपर फिटिंग करके दिंदे आ जी नहीं हुण आपां मान लो अपने कोल हुण करतार मशीन है नहीं जां कोई होर कंपनी दी मशीन कंबाइन आ तां आपां नूं इह फीटर ਨਹੀਂ ਉਹਦੇ ਨਾਲ ਆਪਾਂ ਪ੍ਰੋਪਰ ਫਿਟਿੰਗ ਕਰਕੇ ਉਹਦੀ ਦਵਾਂਗੇ ਉਹਨੂੰ ਪੁੱਛਾਂਗੇ ਵੀ ਤੁਹਾਡੇ ਜਿਹੜਾ ਉੱਪਰ ਯੂ ਟਾਈਪ ਲੱਗਿਆ ਹੋਇਆ ਜਾਂ ਮੁੱਛਾਂ ਨਾਲ ਲੱਗਿਆ ਪਿਆ ਇਹ ਫੀਟਰ ਲੈ ਕੇ ਆਉਣਾ ਪੈਂਦਾ ਜੀ ਉਰੇ ਲੈ ਕੇ ਆਉਣਾ ਪੈਂਦਾ ਜੀ ਤਾਂ ਲਿਆ ਚਾਹੇ ਉਹ ਵੀ ਵਧੀਆ ਜੀ ਨਹੀਂ ਲਿਆਉਂਦੇ ਤਾਂ ਉਹਦੇ ਨਾਲ ਵੀ ਫੀਟਰ ਆਉਣਾ ਪ੍ਰੋਪਰ ਸੈਟਿੰਗ ਆ ਜਾਂਦੀ ਉਹ ਤਾਂ ਬਾਈ ਆਪਣਾ ਹੀ ਫਾਇਦਾ ਵੀ ਇਹਨਾਂ ਕੋਈ ਮਨ ਘਰਾਂ ਜਾ ਕੇ ਆਪਾਂ ਨੂੰ ਪਿੰਨਾਂ ਦੀ ਦਿੱਕਤ ਨਹੀਂ ਕੋਈ ਆਉਂਦੀ ਬਾਕੀ ਜਿਹੜੀ ਆਪਣੇ ਕਟਰ ਤੇ ਆ ਜੀ ਲੋਨ ਹੋ ਜਾਂਦਾ ਜੀ ਲੋਨ ਸੁਵਿਧਾ ਹੈਗੀ 70% ਤੱਕ ਲੋਨ ਹੁੰਦਾ ਜੀ ਮੱਕੀ ਵਾਲੇ ਕਟਰ ਤੇ ਪਰ ਕਿਸਾਨ ਕੋਲੇ ਕੰਬਾਈਨ ਦੀ ਆਰਸੀ ਉਹਦੇ ਨਾਮ ਤੇ ਹੋਣੀ ਚਾਹੀਦੀ ਆ ਕੋਈ ਵੀ ਕੰਬਾਈਨ ਹੋਵੇ ਉਹਦੀ ਆਰਸੀ ਕਿਸਾਨ ਦੇ ਨਾਮ ਹੋਵੇ 70% ਲੋਨ ਕਰਵਾ ਦਿੰਦੇ ਆ ਜੀ ਆਪਾਂ 70% ਲੋਨ ਕਟਰ ਤੇ ਹਾਂਜੀ ਕਟਰ ਲਓ ਜੀ ਬਾਈ ਫਾਰਮਰਾਂ ਨੂੰ ਹੋਰ ਵੀ ਖੁਸ਼ੀ ਦੀ ਲਹਿਰ ਆ ਇਹ ਵੀ ਕਈ ਸਾਰੇ ਬਹੁਤ ਫੋਨ ਆਉਂਦੇ ਆ ਬਾਈ ਜੀ ਕਟਰ ਤੇ ਲੋਨ ਹੋ ਜਾਊਗਾ ਕਿ ਨਹੀਂ ਹੋਊਗਾ ਬਾਕੀ ਤੁਹਾਨੂੰ ਵੀਡੀਓ 'ਚ ਦੱਸਤਾ ਵੀ 70% ਲੋਨ ਆ ਜਿਹੜਾ ਇਹ ਕਟਰ ਤੇ ਹੁੰਦਾ ਆਰਸੀ ਆ ਜਿਹੜੀ ਜਿਹੜੇ ਫਾਰਮਰ ਦੇ ਨਾਂ ਤੇ ਕੰਬਾਈਨ ਆ ਉਹੀ ਆਰਸੀ ਉਹਦੇ ਉਹ ਤੇ ਲੋਨ ਹੋਊਗਾ ਹਾਂਜੀ ਉਹ ਆਰਸੀ ਕਿਸੇ ਵੀ ਕੰਬਾਈਨ ਦੀ ਹੋਵੇ ਜ਼ਰੂਰੀ ਨਹੀਂ ਵੀ ਕਰਤਾਰ ਕੰਬਾਈਨ ਦੀ ਆਰਸੀ ਉਹ ਕਿਸੇ ਵੀ ਕੰਬਾਈਨ ਦੀ ਹੋ ਸਕਦੀ ਆ ਤਾਂ ਉਹ ਉਹਦੇ ਨਾਮ ਤੇ ਹੋਣੀ ਚਾਹੀਦੀ ਆ ਬਸ ਠੀਕ ਹੈ ਜੀ ਹਾਂਜੀ ਉਹਦੇ ਲੋਨ ਹੋ ਜਾਊਗਾ ਬਾਕੀ ਇਹਦੇ ਵਿੱਚ ਜਿਵੇਂ ਆ ਸਿਸਟਮ ਲੱਗਿਆ ਹੋਇਆ ਜੀ ਇਹ ਬਹੁਤ ਹੈਵੀ ਡਿਊਟੀ ਲਾਇਆ ਆਪਾਂ ਨੇ ਕਿਉਂ ਕਟਰ ਨੇ ਇੱਥੋਂ ਹੀ ਘੁੰਮਣਾ ਇੱਥੋਂ ਹੀ ਤਿੜਕ ਜਾਂਦੇ ਸੀ ਕਈ ਕਟਰ ਦੇਖਦੇ ਸੀ ਇੱਥੋਂ ਜ਼ੋਰ ਪੈਂਦੇ ਤਿੜਕ ਜਾਂਦਾ ਸੀ ਅਤੇ ਹੁਣ ਇਹਦੇ ਵਿੱਚ ਜਿਹੜੇ ਬੈਰਿੰਗ ਲੱਗੇ ਨੇ ਇਹ 209 ਨੰਬਰ ਦੇ ਲੱਗੇ ਹੋਏ UCF ਜੀ ਠੀਕ ਹੈ ਜੀ ਹਾਂਜੀ ਜਿਹੜੀ ਇਹ ਚੈਨ ਪਾਈ ਹੈ ਨਾ ਪੂਰੇ ਕਟਰ ਨੂੰ ਡਰਾਈਵ ਕਰਦੀ ਹੈ ਜੀ ਇਹ ਵੀ ਪੂਰੀ ਹੈਵੀ ਚੈਨ ਪਾਈ ਹੋਈ ਹੈ ਜੀ ਇਹ ਚੈਨ ਪੂਰੇ ਕਟਰ ਦੀ ਲੋਡ ਇਹਦੇ ਭਰਿਆ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਜਿਵੇਂ ਇੱਕ ਆਪਾਂ ਕਟਰ ਲਗਾ ਕੇ ਅਲੱਗ ਛੱਡ ਦਿੰਦੇ ਹਾਂ ਆਪਾਂ ਨੇ ਕਟਰ ਲਗਾ ਕੇ ਉਹਦੇ ਉੱਪਰ ਆ ਕਪਲੀਨ ਬਣਾ ਕੇ ਪਾਈ ਹੋਈ ਹੈ ਜੀ ਇਧਰੋਂ ਬੰਦ ਕਰਕੇ ਉਹਦੇ ਬੋਲਟ ਲਾਇਆ ਹੋਇਆ ਵੀ ਕਟਰ ਵੀ ਨਾ ਹਿੱਲੇ ਨਿਕਲੇ ਜੀ ਪੱਕੇ ਕੰਮ ਕਰਤੇ ਹਾਂਜੀ ਪੱਕੇ ਕਰਤੇ ਠੀਕ ਹੈ ਸਹੀ ਗੱਲ ਵੀ ਐ ਮੱਕੀ ਦਾ ਸੀਜ਼ਨ ਆ ਬਾਈ ਤੁਹਾਨੂੰ ਪਤਾ ਹੀ ਆ ਬਾਕੀ ਜਿਵੇਂ ਬੈਲਟਾਂ ਆਪਾਂ ਚੜਾਉਨੇ ਆ ਜੀ ਚੜਾਉਣ ਲੱਗੇ ਆ ਲੱਗੇ ਹੋਏ ਸਿਸਟਮ ਜੀ ਇਹਦੇ ਤੇ ਇਹਦੇ ਨਾਲ ਘੁਮਾ ਕੇ ਅੱਗੇ ਬੈਲਟਾਂ ਚੜ ਜਾਂਦੀਆਂ ਆਸਾਨੀ ਨਾਲ ਬਾਕੀ ਇਹਦਾ ਗਰੀਸ ਸਿਸਟਮ ਬਣਾਇਆ ਹੋਇਆ ਹਰ ਜਗ੍ਹਾ ਤੇ ਗਰੀਸ ਆਉਂਦਾ ਜਿੱਥੇ ਵੀ ਬੈਰਿੰਗ ਹੈ ਅਜੇ ਬਾਹਰ ਹੀ ਪਾਈਪ ਸਿਸਟਮ ਬਾਹਰ ਕੱਢਤਾ ਸਾਰਾ ਬਾਹਰ ਹੀ ਕਰਤੇ ਜੀ ਮਤਲਬ ਉਹਨੂੰ ਟਾਪਾ ਖੋਲਣ ਦੀ ਲੋੜ ਨਹੀਂ ਟਾਪਾ ਖੋਲਣ ਦੀ ਲੋੜ ਨਹੀਂ ਹੈਗੀ ਬਾਕੀ ਜਿਵੇਂ ਇਹਦਾ ਟਰਾਲਾ ਬਣਿਆ ਹੋਇਆ ਟਰਾਲਾ ਜਿਹੜਾ ਇਹ ਪੂਰਾ ਹੈਵੀ ਡਿਊਟੀ 'ਚ ਬਣਾਇਆ ਹੋਇਆ ਟਰਾਲਾ ਜੀ ਰੋਡ 'ਤੇ ਜਿਵੇਂ ਮਰਜ਼ੀ ਜਾਓ ਤੁਹਾਨੂੰ 1% ਕੋਈ ਇਹ ਨਹੀਂ ਵੀ ਟੁੱਟ ਜੂਗਾ ਜਾਂ ਕੋਈ ਤਿੜਕ ਜੂਗਾ ਪੂਰਾ ਹੈਵੀ ਡਿਊਟੀ ਟਰਾਲਾ ਬਣਿਆ ਹੋਇਆ ਜੀ ਬਾਕੀ ਆਹ ਇੱਕ ਰੈਸਟਮੈਂਟ ਲਾਈ ਹੋਈ ਆ ਜਿਹੜੀ ਜੇ ਨਾਟਕ ਦੇ ਵਾਸਤੇ ਲਾਇਆ ਵੀਰੇ ਆਹ ਰੋਡ ਤੇ ਜਾਂਦੇ ਆਪਾਂ ਝਟਕੇ ਪੈਂਦੇ ਨੇ ਉਹਦੇ ਨਾਲ ਕੋਈ ਪ੍ਰੋਬਲਮ ਨਾ ਆਵੇ ਝਟਕਾ ਨਾ ਪਵੇ ਆ ਨੀਚੇ ਇਹਦੇ ਘੋੜੀ ਬਣਾ ਕੇ ਲਾਤੀ ਜੀ ਇਹਦੇ ਵਿੱਚ ਵਜ਼ਨ ਵੀ ਕਾਫੀ ਹੋਊਗਾ ਜੀ ਵਜ਼ਨ ਕਾਫੀ ਇਹਦੇ ਵਿੱਚ ਬਾਕੀ ਇਹਦੇ ਜਿਹੜੇ ਟਾਇਰ 916 ਦੇ ਟਾਇਰ ਨੇ ਜੀ ਆਪਣੇ ਹੈਵੀ ਡਿਊਟੀ ਰਿਮ ਨੇ ਠੀਕ ਹੈ ਠੀਕ ਹੈ ਜੀ ਬਾਕੀ ਤੁਸੀਂ ਕਟਰ ਬਾਈ ਦੇਖਿਆ ਹੀ ਆ ਆਪਾਂ ਚਲਾਵਾਂਗੇ ਵੀ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਕੀ ਸਾਰਾ ਜਿਵੇਂ ਕਟਰ ਹੈਵੀ ਡਿਊਟੀ ਕਟਰ ਬਣਿਆ ਹੋਇਆ ਐਤਕੀ ਜਿਵੇਂ ਪਿਛਲੇ ਸਾਲ ਦੇ ਨਾਲੋਂ ਐਤਕੀ ਥੋੜ੍ਹਾ ਜਿਹਾ ਤੁਹਾਨੂੰ ਦੱਸਿਆ ਬਾਕੀ ਜਿਹੜੀਆਂ ਆਪਣੀ ਮੋਟਰ ਲੱਗੀਆਂ ਹੋਈਆਂ ਜਿਹਦੇ ਵਿੱਚ ਮੋਟਰਾਂ ਦੇ ਕਟਰ ਦੀਆਂ ਛਾਵਟਾਂ ਨੇ ਨਾ ਉਹ ਪਹਿਲਾਂ ਕੀ ਸੀ ਉਹਦੇ ਵਿੱਚ ਕਟਰ ਸਿਸਟਮ ਹੁੰਦਾ ਸੀ ਹੁਣ ਉਹ ਕਪਲੀਨ ਸਿਸਟਮ ਕਰਤਾ ਜਿਵੇਂ ਆਪਣੇ ਗੇਅਰ ਦੇ ਗਰਾਜ ਦੰਦੇ ਹੁੰਦੇ ਨਾ ਉਹ ਕਪਲੀਨ ਸਿਸਟਮ ਕਰਤਾ ਵੀ ਇੱਕ ਨਾਟ ਖੋਲੋ ਉਹ ਪੂਰੀ ਕਪਲੀਨ ਉਹਦੇ ਨਾਲ ਹੁਣ ਪਹਿਲਾਂ ਕਟਰ ਢਿੱਲੀ ਹੋ ਜਾਂਦੀ ਜ਼ੋਰ ਪੈਣ ਦਾ ਹੁਣ ਜਿਵੇਂ ਆਪਣੇ ਗੇਅਰ ਦੀਆਂ ਗਰਾਰੀਆਂ ਹੁੰਦੀਆਂ ਉਹਦੇ ਕਪਲੀਨ ਵਾਲਾ ਸਿਸਟਮ ਹੁੰਦਾ ਨਾ ਉਹ ਸਿਸਟਮ ਹੋ ਗਿਆ ਜਿਹੜਾ ਸਾਰਾ ਅੱਛਾ ਵੀ ਮਤਲਬ ਹੁਣ ਆਪਾਂ ਨੂੰ ਕੋਈ ਲੋਡ ਨਹੀਂ ਹੈਗੀ ਕਟਰ ਲਾਉਣ ਦੀ ਗੇਅਰ ਦੇ ਵਿੱਚ ਬਾਕੀ ਜਿਹੜਾ ਜੀ ਇਹਦਾ ਵੇਟ ਹੈ ਨਾ ਵੇਟ ਇਹ ਪੂਰਾ ਹੈਵੀ ਡਿਊਟੀ 'ਚ ਬਣਿਆ ਹੋਇਆ ਵੇਟ ਇਹਦਾ ਕਟਰ ਦਾ ਹੈਗਾ 16 ਕੁਇੰਟਲ ਜੀ 16 ਕੁਇੰਟਲ ਹਾਂਜੀ ਜਿਵੇਂ ਕਟਰ ਨਾਲੋਂ ਬਹੁਤ ਹੈਵੀ ਹੈ ਤਾਂ ਫਿਰ ਹਾਂਜੀ ਬਹੁਤ ਹੈਵੀ ਡਿਊਟੀ 'ਚ ਬਣਿਆ ਹੋਇਆ ਜਿਵੇਂ ਟਰਾਲਾ ਲਾ ਕੇ ਆਪਾਂ ਸਾਰਾ ਕੰਪਲੀਟ ਇਹਦਾ ਕੰਪਲੀਟ 21 ਕੁਇੰਟਲ ਦੇ ਕਰੀਬ ਹੈ ਜੀ 21 ਕੁਇੰਟਲ ਇਹਦਾ ਟਰਾਲੇ ਛਣੇ ਵੇਟ ਆ ਜੀ ਸਾਰਾ ਹਾਂਜੀ ਇਕੱਲਾ 16 ਕੁਇੰਟਲ ਦਾ ਜੀ ਠੀਕ ਹੈ ਜੀ ਬਾਕੀ ਇਹਦੇ ਪ੍ਰਾਈਸ ਕੀ ਹੈ ਵੀਰੇ ਪ੍ਰਾਈਸ ਇਹਦਾ ਹੈਗਾ ਜੀ 7,90,000 ਹੈ ਜੀ 7,90,000 ਰੁਪਇਆ ਪ੍ਰਾਈਜ਼ ਹੈ ਇਹਦਾ ਬਾਕੀ ਤੁਹਾਨੂੰ ਦੱਸਿਆ ਵੀ ਲੈ ਜਿਵੇਂ ਲੋਨ ਸੁਵਿਧਾ ਵੀ ਇਹਦੇ 'ਤੇ ਹੈਗੀ ਆ ਆਰਸੀ ਉਹ 9 ਚਾਹੀਦੀ ਆ ਕੰਬਾਈਨ ਦੀ ਆਪਾਂ ਇਹਦੇ ਲੋਨ ਵੀ 70% ਲੋਨ ਲੈ ਸਕਦੇ ਹਾਂ ਬਾਕੀ ਤੁਸੀਂ ਕਟਰ ਦੇਖੇ ਹੈਵੀ ਡਿਊਟੀ ਕਟਰ ਆ
ਚਲੋ ਠੀਕ ਹੈ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਠੀਕ ਹੈ ਵੀਰ ਜੀ ਸ਼ੁਕਰੀਆ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਵਾਸਤੇ ਬਾਕੀ ਜਿਹਨੇ ਤੁਹਾਨੂੰ ਪਤਾ ਵੀ ਮੱਕੀ ਦਾ ਕੱਟ ਸੀਜ਼ਨ ਆਉਂਦਾ ਹੋਣਾ ਬਾਸਕਟ ਰਹੇਗੀ ਮਾੜੀ ਜਿਹੀ ਵੀ ਦਿਖਾ ਦਿਓ ਆਹ ਬਾਸਕਟ ਸਪੈਸ਼ਲ ਮੱਕੀ ਵਾਸਤੇ ਜਿਹੜੀ ਕੱਟਰ ਦੇ ਨਾਲ ਆਪਾਂ ਨੂੰ ਮਿਲੂਗੀ ਇਹਦੇ ਵਿੱਚ ਜਿਹੜੀ ਤਾਰ ਥੋੜ੍ਹੀ ਜਿਹੀ ਮੋਟੀ ਆ ਜਿਵੇਂ ਤੁਸੀਂ ਆਮ ਦੇਖਦੇ ਸੀਜ਼ਨ ਦੇ ਵਿੱਚ ਕਣਕ ਵਾਲੀ ਤਾਰ ਹੁੰਦੀ ਜਿਹੜੀ ਥੋੜ੍ਹੀ ਜਿਹੀ ਬਰੀਕ ਹੁੰਦੀ ਆ ਇਹ ਥੋੜ੍ਹੀ ਜਿਹੀ ਮੋਟੀ ਆ ਇਹਦੇ ਵਿੱਚ ਪੈਪ ਲੱਗੀ ਹੋਈ ਆ ਬਹੁਤ ਵਧੀਆ ਬਾਸਕਟ ਫ੍ਰੀ ਬਾਸਕਟ ਇਹਦੇ ਨਾਲ ਆਪਾਂ ਨੂੰ ਸਪੇਅਰ ਮਿਲਦੀ ਆ ਮਸ਼ੀਨ ਦੇ ਵਿੱਚ ਪਾਉਣ ਨੂੰ ਚਲੋ ਠੀਕ ਆ ਬਾਈ ਮਿਲਦੇ ਹਾਂ ਜੀ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।